ਇੱਕ ਕੰਪਲੇਂਟ ਚੱਲ ਰਹੀ ਸੀ, ਜਾਲੀ ਵਕੀਲ ਹੈ ਪਰਮਿੰਦਰ ਸਿੰਘ ਸੰਧੂ, ਵੀ ਇਹਦੇ ਡਾਕੂਮੈਂਟਸ ਜਿਹੜੇ ਨੇ ਉਹ ਫੇਕ ਨੇ, ਫੇਕ ਡਾਕੂਮੈਂਟਸ ਬਣਾ ਕੇ ਇਹ ਜਿਹੜਾ ਹੈ ਡਿਸਟ੍ਰਿਕਟ ਕੋਰਟ ਦੇ ਵਿੱਚ ਇਹਨੇ ਪ੍ਰੈਕਟਿਸ ਕੀਤੀ। ਆਮ ਆਦਮੀ ਪਾਰਟੀ ਵਿੱਚ ਹੋਣ ਕਰਕੇ ਇਹਦੇ ਖਿਲਾਫ਼ ਕੋਈ ਕਾਰਵਾਈ ਨਹੀਂ ਹੋ ਰਹੀ ਸੀ। ਲਗਾਤਾਰ ਅਸੀਂ ਕੋਸ਼ਿਸ਼ ਕਰ ਰਹੇ ਸੀ ਪਾਰਟੀ ਦੇ ਪ੍ਰੈਸ਼ਰ ਕਰਕੇ, ਲੋਕਲ ਇੱਕ ਦੋ MLA ਇਹਦਾ ਸਾਥ ਦੇ ਰਹੇ ਸੀ। ਇੱਕ ਅਸੀਂ ਰਿਟ ਪਟੀਸ਼ਨ ਪਾਈ ਹੈਗੀ ਹੈ ਹਾਈ ਕੋਰਟ ਦੇ ਵਿੱਚ, ਪੋਲੀਟੀਕਲ ਪ੍ਰੈਸ਼ਰ ਥੱਲੇ ਜਿਹੜਾ ਸੀ ਇਹਦਾ ਨਾਂ ਦਬਾ ਦਿੱਤਾ ਗਿਆ ਸੀ। ਅੱਜ ਨਤੀਜਾ ਸਾਡੇ ਸਾਹਮਣੇ ਆ ਕਿ ਅਸੀਂ ਜਿਹੜਾ ਇਹਦੇ ਖਿਲਾਫ਼ FIR ਕਰਾਉਣ ਦੇ ਵਿੱਚ ਕਾਮਯਾਬ ਹੋਏ। ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਬੜਾ ਸਟਰੋਂਗ ਨੋਟਿਸ ਲਿਆ ਇਹਦੇ 'ਤੇ, ਜਿਸ ਤੋਂ ਬਾਅਦ ਕਮਿਸ਼ਨਰ ਆਫ ਪੁਲਿਸ ਨੇ ਜਿਹੜਾ ਇਹ 'ਤੇ ਐਕਸ਼ਨ ਲਿਆ। ਇੱਕ ਤੋਂ ਬਾਅਦ ਇੱਕ ਕਈ ਇਲਜ਼ਾਮ ਲਾਏ ਨੇ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਯੂਥ ਵਰਕਿੰਗ ਪ੍ਰਧਾਨ ਪਰਮਿੰਦਰ ਸਿੰਘ ਸੰਧੂ 'ਤੇ। ਇਹਨਾਂ ਇਲਜ਼ਾਮਾਂ ਕਰਕੇ ਪਰਮਿੰਦਰ 'ਤੇ ਥਾਣਾ ਡਿਵੀਜ਼ਨ ਨੰਬਰ 5 ਵਿੱਚ ਪੁਲਿਸ ਨੇ FIR ਵੀ ਦਰਜ ਕੀਤੀ ਹੈ। ਇਲਜ਼ਾਮ ਨੇ ਕਿ ਪਰਮਿੰਦਰ ਨੇ LLB ਪਾਸ ਕਰ ਲਈ 12ਵੀਂ ਦੇ ਫਰਜ਼ੀ ਸਰਟੀਫਿਕੇਟ ਦਾ ਇਸਤੇਮਾਲ ਕਰ। ਇਲਜ਼ਾਮ ਨੇ ਕਿ ਕਿਉਂਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਾਂ ਨਾਲ ਪਰਮਿੰਦਰ ਨਜ਼ਦੀਕ ਸੀ, ਇਸ ਲਈ ਕੋਈ ਕਾਰਵਾਈ ਨਹੀਂ ਹੋਈ। ਦਰਅਸਲ ਐਡਵੋਕੇਟ ਗਿੱਲ ਨੇ 30 ਜਨਵਰੀ 2023 ਨੂੰ ਇੱਕ ਸ਼ਿਕਾਇਤ ਦਰਜ ਕਰਵਾਈ। ਇਲਜ਼ਾਮ ਲਗਾਇਆ ਕਿ ਪਰਮਿੰਦਰ ਸਿੰਘ ਵੱਲੋਂ LLB 'ਚ ਦਾਖਲਾ ਲੈਣ ਲਈ ਪੇਸ਼ ਕੀਤਾ ਗਿਆ 12ਵੀਂ ਦਾ ਸਰਟੀਫਿਕੇਟ ਫਰਜ਼ੀ ਹੈ। ਇਸ ਨਾਲ ਸੰਬੰਧਿਤ ਮਾਮਲਾ ਹਾਈਕੋਰਟ ਤੱਕ ਵੀ ਪਹੁੰਚਿਆ ਅਤੇ ਚੋਣ ਕਮਿਸ਼ਨ ਨੂੰ ਵੀ ਸ਼ਿਕਾਇਤ ਦਿੱਤੀ ਗਈ ਤੇ ਹੁਣ ਪਰਮਿੰਦਰ ਸਿੰਘ ਖਿਲਾਫ਼ ਧਾਰਾ 420 ਅਤੇ ਕੁਝ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਹੋ ਗਿਆ। ਇੱਕ ਕੰਪਲੇਂਟ ਚੱਲ ਰਹੀ ਸੀ, ਜਾਲੀ ਵਕੀਲ ਹੈ ਪਰਮਿੰਦਰ ਸਿੰਘ ਸੰਧੂ, ਵੀ ਇਹਦੇ ਡਾਕੂਮੈਂਟਸ ਜਿਹੜੇ ਨੇ ਉਹ ਫੇਕ ਨੇ, ਫੇਕ ਡਾਕੂਮੈਂਟਸ ਬਣਾ ਕੇ ਇਹ ਜਿਹੜਾ ਹੈ ਡਿਸਟ੍ਰਿਕਟ ਕੋਰਟਸ ਦੇ ਵਿੱਚ ਇਹਨੇ ਪ੍ਰੈਕਟਿਸ ਕੀਤੀ ਔਰ ਡਿਸਟ੍ਰਿਕਟ ਕੋਰਟਸ ਦਾ ਇਹਨੇ ਇਲੈਕਸ਼ਨ ਲੜਿਆ ਔਰ ਇਲੈਕਸ਼ਨ ਲੜ ਕੇ ਡਿਸਟ੍ਰਿਕਟ ਕੋਰਟ ਦੇ ਵਿੱਚ ਇਹ ਬੀਇੰਗ ਏ ਐਗਜ਼ੀਕਿਊਟਿਵ ਮੈਂਬਰ ਵੀ ਇੱਥੇ ਕੰਮ ਕੀਤਾ ਇਹਨੇ। ਜਦੋਂ ਹਾਈਕੋਰਟ ਦਾ ਵੀ ਕਾਫੀ ਪ੍ਰੈਸ਼ਰ ਸੀ, ਰਿਪੋਰਟ ਵੀ ਸਬਮਿਟ ਹੋ ਗਈ ਸੀ, ਲੇਕਿਨ ਫਿਰ ਵੀ ਇਹਦੇ ਖਿਲਾਫ਼ ਕਾਰਵਾਈ ਨਹੀਂ ਹੋ ਰਹੀ ਸੀ। ਅਸੀਂ ਫਿਰ ਇੱਕ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ ਨੂੰ ਪਟੀਸ਼ਨ ਪਾਈ 27 ਮਾਰਚ ਨੂੰ। ਇਸੇ 27 ਮਾਰਚ ਨੂੰ ਮੈਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਪਟੀਸ਼ਨ ਪਾਈ ਸੀ। 28 ਤਰੀਕ ਨੂੰ ਮੈਨੂੰ ਰਿਵਰਟ ਆ ਗਿਆ ਸੀ ਕਿ ਤੁਹਾਡੀ ਜਿਹੜੀ ਪ੍ਰੋਬਲਮ ਵਾਸਤੇ ਜਿਹੜਾ ਹੈ ਉਹ ਅਸੀਂ ਅੱਗੇ ਨੋਟਿਸ ਕਰਤਾ ਹੈ, ਔਰ 29 ਤਰੀਕ ਨੂੰ CP ਲੁਧਿਆਣਾ ਨੇ ਔਡਰ ਕਰਤੇ ਇਹਦੇ 'ਤੇ FIR ਕਰਨ ਦੇ, ਔਰ 30 ਤਰੀਕ ਨੂੰ ਇਹਦੇ 'ਤੇ ਜਿਹੜੀ ਹੈ ਇਹ ਮਾਮਲਾ ਦਰਜ ਕਰ ਲਿਆ ਗਿਆ। ਲੱਗੇ ਜੀ 420 465 67 68 71 ਥਾਣਾ ਡਿਵੀਜ਼ਨ ਨੰਬਰ 5 ਦੇ ਵਿੱਚ ਇਹਦੇ ਖਿਲਾਫ਼ ਪਰਚਾ ਦਰਜ ਹੋਇਆ ਜੀ, ਅਤੇ ਹੁਣ ਫਰਦਰ ਇਹਦੀ ਗ੍ਰਿਫਤਾਰੀ ਦੇ ਲਈ ਅਸੀਂ ਜਿਹੜਾ ਮੰਗ ਕਰ ਰਹੇ ਹਾਂ ਪ੍ਰਸ਼ਾਸਨ ਤੋਂ, ਵੀ ਇਹ ਨਾ ਹੋਵੇ ਕਿਤੇ 4 ਸਾਲ ਸਾਨੂੰ ਇਹਦੇ 'ਤੇ ਪਰਚਾ ਰਜਿਸਟਰ ਕਰਾਉਣ ਨੂੰ ਲੱਗ ਗਏ ਅਤੇ ਅੱਗੇ ਗ੍ਰਿਫਤਾਰ ਹੀ ਨਾ ਕਰਨ ਨੂੰ ਪੋਲੀਟੀਕਲ ਪ੍ਰੈਸ਼ਰ ਦੇ ਥੱਲੇ। ਪਹਿਲੇ ਵੀ ਮਾਮਲਾ ਉੱਠਿਆ ਸੀ, ਪਹਿਲੇ ਵੀ ਇਹਦਾ ਨਾਮ ਇਨਕਲੂਡ ਸੀ, ਇਹਦਾ ਨਾਮ ਪਰ ਦਬਾ ਦਿੱਤਾ ਗਿਆ ਜੀ, ਪੋਲੀਟੀਕਲ ਪ੍ਰੈਸ਼ਰ ਥੱਲੇ ਜਿਹੜਾ ਸੀ ਇਹਦਾ ਨਾਮ ਦਬਾ ਦਿੱਤਾ ਗਿਆ ਸੀ, ਲੇਕਿਨ ਅਸੀਂ ਆਪਣੀ ਕੋਸ਼ਿਸ਼ ਨਹੀਂ ਛੱਡੀ ਔਰ ਲਗਾਤਾਰ ਅਸੀਂ ਕੋਸ਼ਿਸ਼ ਕਰਦੇ ਰਹੇ ਔਰ ਜਿਹੜਾ ਅੱਜ ਨਤੀਜਾ ਸਾਡੇ ਸਾਹਮਣੇ ਆ ਕਿ ਅਸੀਂ ਜਿਹੜਾ ਇਹਦੇ ਖਿਲਾਫ਼ FIR ਕਰਾਉਣ ਦੇ ਵਿੱਚ ਕਾਮਯਾਬ ਹੋਏ। ਹਾਈਕੋਰਟ ਤੋਂ ਹੈ ਮਾਮਲਾ, ਹਾਈਕੋਰਟ ਦੇ ਵਿੱਚ ਵੀ ਪਟੀਸ਼ਨ ਦਾਇਆ ਸੀ ਔਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਵੀ ਅਸੀਂ ਪਟੀਸ਼ਨ ਦੇ ਸੀ। ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਬੜਾ ਸਟਰੋਂਗ ਨੋਟਿਸ ਲਿਆ ਇਹਦੇ 'ਤੇ, ਜਿਸ ਤੋਂ ਬਾਅਦ ਕਮਿਸ਼ਨਰ ਆਫ ਪੁਲਿਸ ਨੇ ਜਿਹੜਾ ਇਹ 'ਤੇ ਐਕਸ਼ਨ ਲਿਆ। ਮੇਰੇ ਵੱਲੋਂ ਕੰਪਲੇਂਟ ਦਿੱਤੀ ਗਈ ਸੀ ਇਹਦਾ 2008 ਦੇ ਵਿੱਚ, ਕਹਿੰਦਾ ਮੈਂ +2 ਪਾਸ ਕੀਤੀ ਸੀ, ਉਸ ਤੋਂ ਬਾਅਦ ਮੈਂ ਜਿਹੜਾ ਹੈ ਲੋਅ ਕਰਨ ਲੱਗ ਗਿਆ ਸੀ, ਜਦਕਿ +2 2008 ਦੇ ਵਿੱਚ ਇਹ ਫੇਲ ਸੀ ਪੰਜਾਬ ਬੋਰਡ 'ਚੋਂ। ਫਰਦਰ ਇਹੀ ਕਾਰਵਾਈ ਦੀ ਮੰਗ ਹੈ ਜੀ, ਇਹਨੂੰ ਜਲਦੀ ਤੋਂ ਜਲਦੀ ਅਰੈਸਟ ਕਰਨ, ਅਰੈਸਟ ਕਰਨ ਤੋਂ ਬਾਅਦ ਜਿਹੜਾ ਅੱਗੇ ਕਾਰਵਾਈ ਕਰਨ, ਵੀ ਇਹਨੇ ਕਿਸ ਤਰ੍ਹਾਂ ਇਹ ਜਾਲੀ ਸਰਟੀਫਿਕੇਟ ਬਣਾਏ, ਕਿਹਦੇ ਰਾਹੀਂ ਬਣਾਏ ਜਾਂ ਕਿਹਦੇ ਥਰੂ ਇਹਨੇ ਸਾਰਾ ਕੁਝ ਮੈਨੇਜ ਕੀਤਾ ਹੈ, ਔਰ ਕਿਸ ਤਰ੍ਹਾਂ ਇਹ ਬਾਹਰ
ਐਸੋਸੀਏਸ਼ਨ ਦਾ ਮੈਂਬਰ ਤੱਕ ਬਣ ਗਿਆ। ਔਰ ਮੈਂਬਰ ਬਣਨ ਤੋਂ ਬਾਅਦ ਬਾਹਰ ਐਸੋਸੀਏਸ਼ਨ ਦੇ ਵਿੱਚ ਜਿਹੜੇ ਵਕੀਲਾਂ ਦੇ ਡਾਕੂਮੈਂਟਸ ਹੁੰਦੇ ਨੇ ਸਾਡੇ ਸਾਰਿਆਂ ਦੇ, ਉਹ ਡਾਕੂਮੈਂਟਸ ਵੀ ਇਹਨੇ ਗਾਇਬ ਕਰਤੇ ਮੈਂਬਰ ਬਣਨ ਤੋਂ ਬਾਅਦ। ਤੋ ਇਹ ਇਨਕੁਆਇਰੀ ਦਾ ਮੈਟਰ ਹੈ। ਔਰ ਇਹਦੇ ਤੋਂ ਇਲਾਵਾ ਵੀ ਬਹੁਤ ਸਾਰੇ ਹੋਰ ਐਡਵੋਕੇਟ ਹੈਗੇ ਨੇ ਜਿਹੜੇ ਜਾਲੀ ਡਿਗਰੀਆਂ ਉੱਥੇ ਇੱਥੇ ਪ੍ਰੈਕਟਿਸ ਕਰ ਰਹੇ ਨੇ, ਜਿਹੜੇ ਜਾਲੀ ਤੁਸੀਂ ਕਹਿ ਰਹੇ ਡਿਗਰੀ ਪ੍ਰੈਕਟਿਸ ਕਰ, ਉਹਨਾਂ 'ਤੇ ਵੀ ਤੁਹਾਡੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ? ਬਿਲਕੁਲ, ਮੈਂ ਕੋਰਟ ਤੋਂ ਮੰਗ ਕੀਤੀ ਹੈ ਹਾਈ ਕੋਰਟ ਤੋਂ ਕਿ ਇਹਦੇ ਵਿੱਚ CBI ਦੀ ਇਨਕੁਆਇਰੀ ਲਗਾਈ ਜਾਏ, ਕਿਉਂਕਿ ਮਾਮਲਾ ਬਹੁਤ ਵੱਡਾ ਹੈ, ਬੜੇ ਵੱਡੀਆਂ ਵੱਡੀਆਂ ਜਿਹੜੀਆਂ ਮੱਛੀਆਂ ਨੇ ਉਹਦੇ ਵਿੱਚ ਕਾਬੂ ਆਉਣੀਆਂ ਨੇ, ਜਿਹਦੇ ਕਰਕੇ ਪੁਲਿਸ ਤੋਂ ਇਹ ਕਾਰਵਾਈ ਕੀਤੀ ਜਾਣੀ ਸੰਭਵ ਨਹੀਂ ਹੈ। ਪੁਲਿਸ ਪੋਲੀਟੀਕਲ ਪ੍ਰੈਸ਼ਰ ਥੱਲੇ ਕੰਮ ਕਰਦੀ ਹੈ ਹਮੇਸ਼ਾ। ਹਾਲਾਂਕਿ ਇਹਨਾਂ ਇਲਜ਼ਾਮਾਂ ਵਿੱਚ ਕਿੰਨੀ ਸੱਚਾਈ ਹੈ ਇਹ ਜਾਂਚ ਦਾ ਵਿਸ਼ਾ ਹੈ।